ਅਗਲੀ ਸਾਡੀ ਬਦਕਿਸਮਤੀ ਹੈ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਬੱਚਿਆਂ ਨੂੰ ਗੁਰਦੁਆਰੇ ਭੇਜਿਆ ਕਰੋ ਕਹਿੰਦੇ ਗਿਆਨੀ ਜੀ ਇਕੱਲੇ ਬੱਚੇ ਕਿਵੇਂ ਗੁਰਦੁਆਰੇ ਜਾਣ ਪੁੱਛੋ ਜਿੱਥੇ ਬੱਚੇ ਤੁਹਾਡੇ ਸਕੂਲ ਜਾਂਦੇ ਨੇ ਕਾਲਜ ਜਾਂਦੇ ਨੇ ਉੱਥੇ ਕਿਹੜੀ ਨਾਲ ਸਿਕਿਉਰਿਟੀ ਹੈ ਜੀ ਵੇਖੋ ਜਿੱਥੋਂ ਤੁਹਾਡੇ ਬੱਚਿਆਂ ਨੇ ਬੁਆਏਫ੍ਰੈਂਡ ਗਰਲਫ੍ਰੈਂਡ ਦਾ ਕਲਚਰ ਲੈ ਕੇ ਆਉਣਾ ਹੈ ਉੱਥੇ ਤੁਹਾਡੇ ਬੱਚੇ ਇਕੱਲੇ ਜਾਂਦੇ ਨੇ ਤੇ ਜਿੱਥੋਂ ਤੁਹਾਡੇ ਬੱਚਿਆਂ ਨੇ ਸਿੱਖਣਾ ਸੀ ਗੁਰਦੇਵ ਮਾਤਾ ਗੁਰਦੇਵ ਪਿਤਾ ਤੇ ਤੁਹਾਡੀ ਸੋਚ ਇਹ ਵੀ ਹੋ ਗਈ ਵੀ ਤੁਸੀਂ ਕਿਹਾ ਜੀ ਗੁਰਦੁਆਰੇ ਸਾਡੇ ਬੱਚੇ ਇਕੱਲੇ ਕਿਵੇਂ ਚਲੇ ਜਾਣ ਗੁਰਦੁਆਰੇ ਚ ਐਸੀ ਕਿਹੜੀ ਮਾੜੀ ਚੀਜ਼ ਤੁਸੀਂ ਰੱਖ ਲਈ ਕਿ ਤੁਹਾਨੂੰ ਤੁਹਾਡੇ ਬੱਚਿਆਂ ਦੇ ਪ੍ਰਤੀ ਡਰ ਲੱਗਣ ਲੱਗ ਗਿਆ